ਹੈਲੋ ਅਰਵਨ, ਕੀ ਹਾਲ ਚਾਲ ਨੇ ਸਾਰਿਆਂ ਦੇ? ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ। ਅਤੇ ਅੱਜ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਦਾਂ ਹੀ ਜਗ੍ਹਾ 'ਤੇ ਪਹੁੰਚੇ ਹਾਂ ਕਿ ਤੁਸੀਂ ਸੋਚ ਵੀ ਸਕਦੇ ਕੈਮਰਾ ਇੱਧਰ ਕਰਦੇ ਹੋ। ਦੇਖੋ ਜੀ, ਰੀਅਲ ਲੈ ਲਓ। ਦੇਖੋ ਜੀ, ਅਤੇ ਇੱਧਰ ਆ ਦੇਖੋ ਜੀ, ਸ਼ਿਪ ਆ ਜੀ, ਇੰਡੀਅਨ ਕੋਸਟ ਗਾਰਡ। ਲਓ ਵੀ ਮਿੱਤਰੋ, ਬਚ ਚੁੱਕਿਆ ਸਵੇਰ ਦੇ 6:26 'ਤੇ ਆਪਾਂ ਚੱਲੇ ਹਾਂ ਹੁਣ ਇੰਡੀਆ ਗੇਟ ਵੱਲ, ਅਤੇ ਉੱਥੇ ਦਾ ਮਾਹੌਲ ਦਿਖਾਉਂਦੇ ਹਾਂ। ਸਵੇਰੇ ਸਵੇਰੇ ਚੱਲੇ ਹਾਂ, ਰਾਤ ਨੂੰ ਟਾਈਮ ਨਹੀਂ ਲੱਗਾ ਸੀਗਾ ਆਪਣਾ। ਅਤੇ ਇੰਦਰ ਹੋਣੀ ਜੀ ਫੋਨ ਮਾਈਕ ਸੈੱਟ ਕਰ ਰਹੇ ਆ, ਉਹ ਵੀ ਕਹਿੰਦੇ ਅਸੀਂ ਵੀ ਵਲੌਗ ਬਣਾਵਾਂਗੇ। ਇੰਦਰ ਹੋਣੀ ਇੱਧਰ ਦੇਖੋ ਜੀ, ਤੁਸੀਂ ਦੇਖੋ ਜੀ, ਅਤੇ ਬਹੁਤ ਥੱਕ ਚੁੱਕੇ ਹਾਂ ਯਾਰ, ਨੀਂਦ ਵਗੈਰਾ ਵੀ ਪੂਰੀ ਨਹੀਂ ਹੋਈ ਹੈਗੀ। ਅਤੇ ਹੁਣ ਬੱਸ ਉਡੀਕ ਰਹੇ ਹਾਂ, ਜਿਹੜੀ 507 ਜਾਣੀ ਹੈ ਜੀ ਲਾਲ ਕਿਲੇ ਤੋਂ, ਅਤੇ ਉਹਦੀ ਉਡੀਕ ਕਰਦੇ ਪਏ ਹਾਂ। ਲਾਲ ਕਿਲੇ ਖੜੇ ਹਾਂ ਭਰਾਵਾ, ਵੇਟ ਕਰ ਰਹੇ ਹਾਂ ਲਾਲ ਕਿਲੇ ਤੋਂ 507 ਦੀ ਬੱਸ ਆਉਣੀ ਹੈ। ਕਿੱਥੇ ਹੈ? ਕਿੱਥੇ ਹੈ? ਇੰਡੀਆ ਗੇਟ। ਸਵੇਰ ਦੇ ਜੀ ਹੁਣ 7:00 ਆ ਜੀ, ਅਤੇ ਹੁਣ ਇੰਡੀਆ ਗੇਟ ਪਹੁੰਚ ਚੁੱਕੇ ਹਾਂ। ਅਤੇ ਥੋੜ੍ਹਾ ਜਿਹਾ ਬਸ ਅਗਾਂਹ ਤੁਰ ਕੇ ਜਾਣਾ ਆ, ਅਤੇ ਅੱਗੇ ਇੱਧਰ ਆਹ ਵਾਲਾ ਰਸਤਾ ਜਿਹੜਾ ਜਾਂਦਾ ਪਿਆ, ਇੱਧਰੋਂ ਇੱਦਾਂ ਲੈਫਟ ਮੁੜਨਾ, ਅਤੇ ਫਿਰ ਅੱਗੇ ਮਿਲ ਜਾਣਾ। ਤੁਹਾਨੂੰ ਦਿਖਾਉਂਦੇ ਹਾਂ ਨਾਲੇ ਇੰਡੀਆ ਗੇਟ, ਫਸਟ ਟਾਈਮ ਚੱਲਾਂ ਮੈਂ ਵੀ, ਦੇਖਦੇ ਹਾਂ, ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਕਿੱਦਾਂ ਦਾ। ਇੰਦਰ ਹੋਣੀ ਦਾ ਖੁਸ਼ ਆ, ਇੰਦਰ ਨੀਂਦਾਂ ਨਹੀਂ ਪੂਰੀ ਹੋਈਆਂ ਭਰਾਵਾ, ਨੀਂਦਾ ਇਹ ਤਾਂ ਗੱਲ ਹੈਗੀ ਯਾਰ। ਤੂੰ ਤਾਂ ਚੱਲ ਸੋ ਵੀ ਗਿਆ ਸੀ 2 ਘੰਟੇ, ਕੌਣ ਸੁੱਤਾ? ਅਜੇ ਤਾਂ ਉਹ ਵੀ ਨਹੀਂ ਸੁੱਤੇ। ਉਹ ਮੈਂ ਦੇਖਦਾ ਸੀ ਤੈਨੂੰ, ਮੈਨੂੰ ਪਤਾ ਆ, ਮੈਂ ਤੈਨੂੰ ਹੀ ਦੇਖਦਾ ਸੀ, ਪਤਾ ਮੈਨੂੰ। ਚਲੋ ਕੋਈ ਗੱਲ ਨਹੀਂ, ਇਹਨੇ ਤਾਂ ਝੂਠ ਬੋਲਣਾ ਹੀ ਹੁੰਦਾ ਆ। ਹੈਲੋ ਅਰਵਨ, ਕੀ ਹਾਲ ਚਾਲ ਨੇ ਸਾਰਿਆਂ ਦੇ? ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ। ਅਤੇ ਅੱਜ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਦਾਂ ਹੀ ਜਗ੍ਹਾ 'ਤੇ ਪਹੁੰਚੇ ਹਾਂ ਕਿ ਤੁਸੀਂ ਸੋਚ ਵੀ ਸਕਦੇ ਕੈਮਰਾ ਇੱਧਰ ਕਰਦੇ ਹੋ। ਇੰਡੀਆ ਗੇਟ ਫਾਈਨਲੀ ਆਪਾਂ ਪਹਿਲੀ ਵਾਰ ਪਹੁੰਚ ਚੁੱਕੇ ਹਾਂ ਇੰਡੀਆ ਗੇਟ, ਅਤੇ ਬਹੁਤ ਵਧੀਆ ਲੱਗ ਰਿਹਾ ਯਾਰ, ਜੋ ਵੀ ਇੱਥੇ ਹੈਗਾ ਆ ਦੇਖਣ ਨੂੰ ਮਿਲ ਰਿਹਾ। ਅਤੇ ਆਪਾਂ ਕਲੋਜ਼ ਜਾਂਦੇ ਹਾਂ ਥੋੜ੍ਹਾ, ਅਤੇ ਤੁਹਾਨੂੰ ਸਾਰਾ ਦਿਖਾਉਂਦੇ ਹਾਂ। ਚੱਲ ਆਇਆ ਨਾਲ ਆਪਣੇ ਇੰਦਰ ਹੁਣੀ ਆ ਹਮੇਸ਼ਾ ਦੀ ਤਰ੍ਹਾਂ। ਚੱਲ ਉੱਠੇ ਆ ਇੰਦਰ, ਬੈਗ ਚੱਕ। ਇੰਦਰ ਹੁਣੀ ਬੈਗ ਚੱਕਣ ਨੂੰ, ਅਜੇ ਕੈਮਰਾ ਫੜਨ ਨੂੰ ਆ। ਇੰਦਰ ਹੁਣੀ ਬੈਗ, ਭਰਾਵਾ ਮੇਰਾ ਬੈਗ ਫੜਾ, ਭਰਾ ਮੈਂ ਨਹੀਂ ਫੜਨੀ। ਨਹੀਂ, ਚੱਲ 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 ਇੰਡੀਆ ਗੇਟ ਵੱਲ, ਚੱਲ 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 ਚੱਲ। ਉਹ ਤੇਰੀ ਵੀਡੀਓ ਬਣਦੀ ਆ, ਉਹ ਤਾਂ ਕਿੰਨਾ ਵਧੀਆ ਲੱਗ ਰਿਹਾ ਇੰਡੀਆ ਗੇਟ ਦੇ ਨਾਲ ਤੁਰਿਆ ਹੋਇਆ। ਨਹੀਂ ਨਹੀਂ ਹਮਾਰੇ ਪਾਸ ਵੀ ਆਇਆ ਫੋਨ, ਹਾਂ ਅੱਛੇ ਵਾਲਾ। ਤੇ ਆ ਭਾਜੀ 20 ਰੁਪਏ ਦੀ ਫੋਟੋ ਖਿੱਚਦਾ ਜੀ ਜ਼ਰੂਰ, ਜਿਹਨੇ ਜਿਹੜਾ ਮੇਰਾ ਭਰਾ ਵੀਰ ਜਿਹੜਾ ਵੀ ਇੱਥੇ ਆਉਂਦਾ ਆ ਭਾਜੀ ਤੋਂ ਫੋਟੋ ਖਿਚਵਾਉਣੀ ਆ। ਇੰਡੀਆ ਗੇਟ ਦੇ ਇੱਥੇ ਰਹਿੰਦੇ ਆ, ਤੇ ਆਪਾਂ ਚੱਲਦੇ ਹਾਂ ਥੋੜ੍ਹਾ ਇੰਡੀਆ ਗੇਟ ਦੇ ਕੋਲ। ਤੇ ਇੱਥੇ ਪਾਰਕ ਦੇਖੋ ਜੀ, ਇੱਥੇ ਪਰੇਡ ਹੁੰਦੀ ਆ। ਆ ਦੇਖੋ ਜੀ, ਇੱਥੇ ਇੱਕ ਬਹੁਤ ਵੱਡੀ ਮੂਰਤੀ ਬਣੀ ਹੋਈ ਆ, ਅਤੇ ਤੁਸੀਂ ਦੱਸ ਸਕਦੇ ਹਾਂ ਜੀ ਇੰਡੀਆ ਗੇਟ ਦੇ ਸਾਹਮਣੇ ਹੀ ਆ ਇਹ ਮੂਰਤੀ ਦੇਖੋ ਜੀ। ਅਤੇ ਜਿਹੜੇ ਮੇਰੇ ਵੀਰ ਜਿਹੜੇ ਜਾਣਦੇ ਆ ਕਿ ਇਹ ਮੂਰਤੀ ਕਿਹਨਾਂ ਦੀ ਆ, ਅਤੇ ਕਮੈਂਟ ਵਿੱਚ ਜ਼ਰੂਰ ਦੱਸਿਓ। ਅਤੇ ਇਹਦਾ ਗੇਟ ਨਹੀਂ ਓਪਨ ਹੁੰਦਾ, 15 ਅਗਸਤ ਅਤੇ 26 ਜਨਵਰੀ ਨੂੰ ਓਪਨ ਹੁੰਦਾ, ਅਤੇ ਤੁਹਾਨੂੰ ਆਪਾਂ ਸਾਹਮਣੇ ਵੀ ਦਿਖਾ ਦਿੰਦੇ ਹਾਂ। ਦੇਖੋ ਜਿਹੜੇ ਜਾਣਦੇ ਆ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਪਾਰਕ ਬਹੁਤ ਵਧੀਆ ਵਾ, ਇੱਥੇ ਪਾਰਕ ਦੇ ਉੱਧਰ ਵੀ ਜਾ ਕੇ ਵਿਜ਼ਿਟ ਕਰਦੇ ਹਾਂ ਅਤੇ ਦੱਸਦੇ ਹਾਂ ਤੁਹਾਨੂੰ ਸਾਰਾ ਕੁਛ। ਚੱਲ ਆਇਆ ਅਤੇ ਅੱਗੇ ਉਹ ਜ਼ਰੂਰ ਤੁਸੀਂ ਕਮੈਂਟ ਵਿੱਚ ਦੱਸਿਓ ਵੀ ਉਹ ਕਿਹੜੀ ਚੀਜ਼ ਆ, ਉਹ ਦੇਖੋ ਆਪਾਂ ਤਾਂ ਪਤਾ ਆ। ਚਲੋ ਫਿਰ ਵੀ ਦੱਸ ਦਿੰਦੇ ਹਾਂ ਤੁਹਾਨੂੰ, ਰਾਸ਼ਟਰਪਤੀ ਭਵਨ ਆ, ਅਤੇ
ਦੇਖੀਏ ਜੇ ਟਾਈਮ ਲੱਗਦਾ ਤਾਂ ਉੱਥੇ ਵੀ ਜਾ ਕੇ ਆਉਂਦੇ ਹਾਂ। ਤੇ ਇੰਡੀਆ ਗੇਟ ਦੇ ਜਮਾਂ ਹੀ ਸਾਹਮਣੇ ਆ ਨਾ, ਮਤਲਬ ਦੂਜੀ ਸਾਈਡ ਤੇ, ਲੈਫਟ ਸਾਈਡ ਤੇ ਤੇ ਰਾਈਟ ਸਾਈਡ ਤੇ ਝਰਨੇ ਬਣਾਏ ਹੋਏ ਆ ਤੇ ਬਹੁਤ ਸੋਹਣੇ ਆ, ਦੇਖਣ ਨੂੰ ਵੀ ਲੱਗਦੇ। ਤੇ ਆਹ ਦੇਖੋ ਜੀ, ਵਾਟਰਫਾਲ ਬੜਾ ਵਧੀਆ ਆ। ਤੇ ਇਹ ਚੀਜ਼ਾਂ ਵੀ ਇੱਥੇ ਦੇਖਣ ਵਾਲੀਆਂ ਮੈਨੂੰ ਲੱਗਦਾ ਚਾਰੋਂ ਤਰਫ ਆ। ਇੱਕ ਵਾਰ ਆਪਾਂ ਘੁੰਮ ਕੇ ਦੇਖ ਲੈਂਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ। ਦੇਖੋ ਜੀ ਕਿੰਨਾ ਸੋਹਣਾ ਆ। ਬਸ ਇੱਥੇ ਗੰਦਗੀ, ਹੁਣ ਜਿਹੜੇ ਆਉਂਦੇ ਆ ਘੁੰਮਣ ਵਗੈਰਾ ਉਹ ਗੰਦਗੀ ਕਰ ਜਾਂਦੇ ਆ, ਸਿੱਟ ਜਾਂਦੇ ਆ ਚੀਜ਼ਾਂ, ਉਹ ਚੀਜ਼ ਕਰਨੀ ਚਾਹੀਦੀ ਨਹੀਂ ਹੈਗੀ ਵੈਸੇ। ਇੱਕ ਗੱਲ ਮੈਨੂੰ ਇੱਥੋਂ ਦੀ ਬਹੁਤ ਚੰਗੀ ਲੱਗੀ ਕਿ ਇੰਡੀਆ ਗੇਟ ਦੇ ਨਾ ਚਾਰੋਂ ਤਰਫ ਪਲਾਂਟਸ ਲੱਗੇ ਹੋਏ ਆ ਵੱਖ ਵੱਖ ਤਰ੍ਹਾਂ ਦੇ, ਇੱਧਰ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਤੁਹਾਨੂੰ ਹੋਰ ਦਿਖਾਉਂਦੇ ਆ। ਇੱਕ ਗੱਲ ਹੋਰ ਆ, ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਇੱਥੇ। ਇੱਧਰ ਇੱਧਰ ਕੈਮਰਾਮੈਨ ਨੂੰ ਕਹੂੰਗਾ ਕਿ ਕੈਮਰਾ ਮਾਰ ਕੇ ਦਿਖਾ। ਦੇਖੋ ਜੀ ਇਹ ਇੱਥੇ ਲਾਈਟਿੰਗ ਵੀ ਕੀਤੀ ਹੋਈ ਆ, ਲਾਈਟ ਉਹ ਲਾਈਟਸ ਲੱਗੀਆਂ ਉੱਧਰ ਅੱਗੇ ਤੇ ਰਾਤ ਨੂੰ ਇਹ ਬਹੁਤ ਸੋਹਣਾ ਇੱਥੇ ਵਿਊ ਹੁੰਦਾ ਆ। ਤੁਸੀਂ ਦੇਖ ਸਕਦੇ ਆ ਜੀ ਜਿਹੜਾ ਇੰਡੀਆ ਗੇਟ ਆਉਣ ਦਾ ਰਸਤਾ ਆ, ਇੱਥੇ ਲੈਂਪ ਲੱਗੇ ਹੋਏ ਆ ਤੇ ਰੋਡ ਦੇਖ ਸਕਦੇ ਕਿੰਨੀ ਸਾਫ਼ ਆ ਤੇ ਸੋਹਣੀ ਆ। ਤੇ ਇੱਧਰ ਆ ਲਾਈਟਸ ਲੱਗੀਆਂ, ਦੇਖੋ ਜੀ ਜਿਹਦੀ ਲਾਈਟ ਆ ਸਿੱਧੀ ਆ ਇੱਥੇ ਇਹਦੇ ਉੱਤੇ ਪੈਂਦੀ ਆ ਰਾਤ ਨੂੰ, ਤੇ ਇੰਨਾ ਸੋਹਣਾ ਲੱਗਦਾ ਨਾ ਵਿਊ ਹੁੰਦਾ। ਤੇ ਇਹਦੀ ਫੋਟੋ ਸ਼ੇਅਰ ਕਰ ਦੂੰਗਾ ਕਿਉਂਕਿ ਆਪਾਂ ਤਾਂ ਇਸ ਟਾਈਮ ਦਿਨ ਦੇ ਵੇਲੇ ਆਏ ਹਾਂ ਤਾਂ ਕੁਝ ਆਪਾਂ ਇੱਦਾਂ ਦਿਖਾ ਨਹੀਂ ਸਕਦੇ, ਤੇ ਫੋਟੋ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ। ਤੇ ਇੱਥੇ ਤਾਂ ਬਹੁਤ ਸੋਹਣੀ ਸਫਾਈ ਕੀਤੀ ਹੋਈ ਆ ਤੇ ਇੱਥੇ ਡਿਊਟੀ 'ਤੇ ਰਹਿੰਦੇ ਆ ਹਮੇਸ਼ਾ ਜੀ ਕਮਾਂਡੋ ਜਿਹੜੇ ਆਪਣੇ ਇੰਡੀਆ ਦੇ। ਤੇ ਆਹ ਤੁਸੀਂ ਦੇਖ ਸਕਦੇ ਆ ਕਿ ਇੱਕ ਫੋਟੋ ਦੁਆਰਾ ਇੰਡੀਅਨ ਆਰਮੀ ਜੋ ਕਿ ਪਾਵਰ ਆ ਉਹ ਦੱਸੀ ਗਈ ਆ, ਨੇਵੀ ਤੇ ਹਵਾਈ ਤੇ ਜ਼ਮੀਨੀ, ਇਹ ਸਾਰੀ ਫੋਰਸਾਂ ਨਾਲੇ ਹਰ ਤਰ੍ਹਾਂ ਦੇ ਹਥਿਆਰ ਜੋ ਸਭ ਤੇ ਇੱਥੇ ਲਿਖਿਆ ਵੀ ਹੋਇਆ ਤੁਹਾਨੂੰ ਦਿਖਾ ਦਿੰਦਾ। ਆਹ ਦੇਖੋ ਜੀ ਇੰਗਲਿਸ਼ ਦੇ ਵਿੱਚ ਵੀ ਲਿਖਿਆ ਜੀ ਇੱਕ ਵਾਰ ਦੂਰੋਂ ਦਿਖਾਇਆ ਤੁਹਾਨੂੰ ਸਾਰਾ। ਹਾਂਜੀ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਪਰਮ ਯੋਧਾ ਸਥਲ ਤੇ, ਤੇ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਉਹ ਵੀਰ ਜਵਾਨ ਜਿਹੜੇ ਕਿ ਵਾਰ ਜੋ ਇੰਡੀਆ ਲਈ ਆਪਣੀ ਜਾਨ ਨੂੰ ਨਿਸ਼ਾਵਰ ਕਰ ਚੁੱਕੇ ਹਨ ਤੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਪਰਮ ਵੀਰ ਚੱਕਰ ਮਿਲੇ। ਐ ਮੇਰੀ ਜ਼ਮੀਂ ਅਫਸੋਸ ਨਹੀਂ ਜੋ ਤੇਰੇ ਲਈ ਸੌ ਦਰਦ ਸਹੇ, ਮਹਿਫੂਜ਼ ਰਹੇ ਤੇਰੀ ਆਨ ਸਦਾ ਚਾਹੇ ਜਾਨ ਮੇਰੀ ਇਹ ਰਹੇ ਨਾ ਰਹੇ। ਮੇਰੀ ਜ਼ਮੀਂ ਮਹਿਬੂਬ ਮੇਰੀ ਮੇਰੀ ਨਸ ਨਸ ਮੈਂ ਤੇਰਾ ਇਸ਼ਕ ਬਹੇ, ਫੀਕਾ ਨਾ ਪੜੇ ਕਭੀ ਰੰਗ ਤੇਰਾ ਜਿਸਮੋਂ ਸੇ ਨਿਕਲ ਕੇ ਖੂਨ ਕਹੇ। ਤੇਰੀ ਮਿੱਟੀ
ਗੁਲ ਬਣ ਕੇ ਮੈਂ ਖਿਲ ਜਾਵਾਂ, ਇਤਨੀ ਸੀ ਹੈ ਦਿਲ ਕੀ ਆਰਜ਼ੂ। ਤੇਰੀ ਨਦੀਓ ਮੈਂ ਬਹਿ ਜਾਵਾਂ, ਤੇਰੇ ਖੇਤੋਂ ਮੈਂ ਲਹਿਰਾਵਾਂ, ਇਤਨੀ ਸੀ ਹੈ ਦਿਲ ਕੀ ਆਰਜ਼ੂ। ਹੁਣ ਜੀ ਆਪਾਂ ਚੱਲੇ ਹਾਂ ਨੈਸ਼ਨਲ ਵਾਰ ਮੈਮੋਰੀਅਲ 'ਤੇ, ਅਤੇ ਇੱਥੇ ਤਾਂ ਅੰਦਰ ਵਿਜ਼ਿਟ ਕਰਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ। ਦੇਖੋ ਜੀ ਇਹਦੇ ਆਪਣੇ ਦੇਸ਼ ਦੇ ਜਵਾਨ ਕਿੰਨੇ ਸਖ਼ਤ ਡਿਊਟੀ ਕਰਦੇ ਹੋਏ ਇੱਥੇ। ਅਤੇ ਇੱਥੇ ਤੁਸੀਂ ਦੇਖ ਸਕਦੇ ਹਾਂ ਲੌਂਗੇਵਾਲ ਦੀ ਲੜਾਈ ਜੋ ਆ ਉਹ ਇੱਥੇ ਚਿੱਤਰ ਦੁਆਰਾ ਦਰਸਾਈ ਗਈ ਆ। ਇੱਥੇ ਹੀ ਗੰਗਾ ਸਾਗਰ ਦੀ ਲੜਾਈ ਜੋ ਆ ਉਹ ਦਰਸਾਈ ਗਈ ਹੈ ਜੀ, ਅਤੇ ਇੱਥੇ ਸਾਰਾ ਲਿਖਿਆ ਉਹਦੇ ਬਾਰੇ ਡਿਟੇਲ। ਅਤੇ ਆਹ ਦੇਖੋ ਜੀ ਸਾਰਾ ਦੱਸਿਆ ਗਿਆ ਜੀ ਲੜਾਈ ਬਾਰੇ ਵੀ। ਦੇਖੋ ਜੀ ਇਹ ਸਖ਼ਤ ਡਿਊਟੀ ਹੁੰਦੀ ਹੈ ਜੀ ਇੱਥੇ, ਅਤੇ ਅੱਧੇ ਘੰਟੇ ਦੀ ਡਿਊਟੀ ਹੁੰਦੀ ਹੈ ਜੀ, ਅਤੇ ਅੱਧੇ ਘੰਟੇ ਬਾਅਦ ਜੋ ਆ ਆਪਣੇ ਜਵਾਨ ਆ ਜੀ ਚੇਂਜ ਕੀਤਾ ਜਾਂਦਾ ਜੀ, ਅਤੇ ਹੁਣ ਡਿਊਟੀ ਚੇਂਜ ਹੋਣੀ ਹੈ ਜੀ। ਸਲਿਊਟ ਆ ਸਾਰਿਆਂ ਜਵਾਨਾਂ ਨੂੰ ਸਾਡੇ, ਹੈ ਨਾ। ਹੁਣ ਇੱਥੇ ਕਰਦੇ ਹਾਂ ਜੀ ਆਪਾਂ ਵਲੋਗ ਨੂੰ ਸਮਾਪਤ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਲੋਗ ਅੱਜ ਦਾ ਵਧੀਆ ਲੱਗਾ ਹੋਊਗਾ, ਅਤੇ ਜੇ ਤੁਹਾਨੂੰ ਵਲੋਗ ਵਧੀਆ ਲੱਗਾ ਤਾਂ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ, ਕਿਉਂਕਿ ਮੈਨੂੰ ਬਹੁਤ ਜ਼ਰੂਰਤ ਆ ਤੁਹਾਡੇ ਸ਼ੇਅਰਸ ਦੀ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੱਦਾਂ ਲੱਗਾ। ਲਵ ਯੂ ਆਲ। ਹੋਰ ਵਲੋਗ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ। ਬਾਏ ਬਾਏ।